ਨਮਸਕਾਰ, ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ ਨਿਊਜ਼। ਕਰੋਨਾ ਵਾਇਰਸ ਜੋ ਕਿ ਇੱਕ ਮਹਾਮਾਰੀ ਦਾ ਰੂਪ ਧਾਰਨ ਕਰ ਚੁੱਕੀ ਹੈ, ਉਸ ਤੋਂ ਬਚਣ ਲਈ ਪੰਜਾਬ ਸਰਕਾਰ ਵੱਲੋਂ ਜੋ 31 ਮਾਰਚ ਤੱਕ ਲੋਕਡਾਊਨ ਦਾ ਹੁਕਮ ਦਿੱਤਾ ਗਿਆ ਸੀ, ਇਸੇ ਮੱਦੇਨਜ਼ਰ ਅੱਜ ਕਰਦੀਆਂ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਸਬਜ਼ੀਆਂ, ਮੈਡੀਕਲ ਅਤੇ ਫਰੂਟ ਦੀਆਂ ਦੁਕਾਨਾਂ ਲੋਕਾਂ ਵੱਲੋਂ ਖੋਲ੍ਹੀਆਂ ਗਈਆਂ ਸਨ, ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਕਿ ਆਪਣੀਆਂ ਦੁਕਾਨਾਂ ਦੇ ਬਾਹਰ ਪਾਣੀ ਰੱਖਣ ਅਤੇ ਜੋ ਵੀ ਗ੍ਰਾਹਕ ਆਉਂਦੇ ਹਨ ਉਹਨਾਂ ਦੇ ਹੱਥ ਸੈਨੀਟਾਈਜ਼ਰ ਨਾਲ ਸਾਫ਼ ਕਰਵਾਉਣ ਅਤੇ ਆਪਣੇ ਹੱਥ ਦੀ ਵੀ ਸਾਫ਼ ਸਫਾਈ ਰੱਖਣ। ਇਸੇ ਤਰ੍ਹਾਂ ਕਰੋਨਾ ਵਾਇਰਸ ਦੇ ਮੱਦੇਨਜ਼ਰ ਨਗਰ ਕੌਂਸਲ ਕਾਦੀਆਂ ਦੇ ਸਫਾਈ ਕਰਮਚਾਰੀਆਂ ਵੱਲੋਂ ਵੀ ਆਪਣੀ ਡਿਊਟੀ ਬਖੂਬੀ ਨਿਭਾਈ ਜਾ ਰਹੀ ਹੈ। ਕਾਦੀਆਂ ਤੋਂ ਰਾਜਵੀਰ ਕੌਰ ਦੀ ਖਾਸ ਰਿਪੋਰਟ, ਦੇਖਦੇ ਰਹੋ ਇੰਡੀਆ ਕ੍ਰਾਈਮ ਨਿਊਜ਼। ਸੇਵਾ ਕਰਨੇ ਸਵੇਰ ਦੀ ਉਹ ਇਹਦੇ ਇਹਦੇ ਮੇਰੇ ਨਾਲ ਗੱਲ ਕਰੋ। ਸਰਕਾਰ ਨੇ ਆਰਡਰ ਕੀਤੇ ਆ ਨਾ ਵੀ ਬਿਲਕੁਲ ਜਿਹੜਾ ਵਾ ਸਰਕਾਰ ਦੀ ਪਾਲਣਾ ਕਰੋ। ਤੁਸੀਂ ਭੱਜੇ ਨੱਠੇ ਫਿਰਨ ਡੇ ਹੋ। ਚਲੋ ਇੱਕ ਦਿਨ ਦਾ ਪਹਿਲੇ ਜਨਤਾ ਕਰਫਿਊ ਦਾ ਨਾਂ ਦਿੱਤਾ ਗਿਆ ਸੀ, ਉਹਦੇ ਵਿੱਚ ਕਾਫੀ ਅੱਛਾ ਰਿਸਪੌਂਸ ਸੀ, ਬਟ ਫਿਰ ਵੀ ਸ਼ਾਮ ਵੇਲੇ ਕਿ ਦੇਖਿਆ ਗਿਆ ਲੋਕਾਂ ਦੀ ਗੈਦਰਿੰਗ ਇਕੱਠੀ ਹੋਣੀ ਸ਼ੁਰੂ ਹੋ ਗਈ। ਹੁਣ ਵੀ ਲੋਕਡਾਊਨ ਦਾ ਮਤਲਬ ਜਿਹੜਾ ਮੰਤਵ ਉਦੋਂ ਤੱਕ ਨਹੀਂ ਪੂਰਾ ਹੋਵੇਗਾ ਕਿ ਜਦੋਂ ਅਸੀਂ ਗਰੁੱਪਾਂ ਦੇ ਵਿੱਚ ਬਾਹਰ ਨਿਕਲਾਂਗੇ, ਗਰੁੱਪਾਂ ਦੇ ਦੁਕਾਨ 'ਤੇ ਚਲ ਜਾਵਾਂਗੇ, ਤਾਂ ਫਿਰ ਸਾਡਾ ਮਕਸਦ ਜਾਂ ਸਰਕਾਰ ਦਾ ਮਕਸਦ ਉਹ ਬਿਲਕੁਲ ਫੇਲ ਹੋ ਜਾਏਗਾ। ਬੇਸਿਕਲੀ ਜਨਤਾ ਕਰਫਿਊ ਦਾ ਮਤਲਬ ਸੀ ਜਾਂ ਇੱਕ ਲੋਕਡਾਊਨ ਦਾ ਮਤਲਬ ਸੀ ਕਿ ਸੋਸ਼ਲ ਗੈਦਰਿੰਗ ਨੂੰ ਅਸੀਂ ਇਕੱਠੇ ਨਾ ਹੁੰਦੀ ਆ ਗੈਦਰਿੰਗ ਨਾ ਹੋਵੇ,
ਅਤੇ ਲੋਕ ਆਪਣੇ ਆਪਣੇ ਵੱਧ ਤੋਂ ਵੱਧ ਆਪਣੇ ਆਪਣੇ ਘਰਾਂ 'ਚ ਰਹਿ ਕੇ ਅਤੇ ਆਪ ਵੀ ਇਨਫੈਕਟ ਹੋਣ ਤੋਂ ਬਚਣ ਅਤੇ ਲੋਕਾਂ ਨੂੰ ਵੀ ਨਾ ਕਰਨ, ਕਿਉਂਕਿ ਇਹ ਜਿਹੜਾ ਵਾਇਰਸ ਇੱਕ ਵਾਰੀ ਇਹ ਫੈਲਦਾ ਇਹ ਮਲਟੀਪਲ ਹੋ ਜਾਂਦਾ, ਇੱਕ ਬੰਦੇ ਤੋਂ ਚਾਰ ਨੂੰ, ਚਾਰ ਤੋਂ 16 ਨੂੰ, 16 ਤੋਂ 32 ਨੂੰ, 232 ਨੂੰ। ਦੇਖੋ ਨਾ ਕਿਸ ਤਰ੍ਹਾਂ ਆਪਣੇ ਕੋਲ ਇੰਨੀਆਂ ਸਰਕਾਰੀ ਫੈਸਿਲਿਟੀਜ਼ ਵੀ ਹੈ ਨਹੀਂ ਕਿ ਅਸੀਂ ਸਾਰਿਆਂ ਦਾ ਅਸੀਂ ਕਿੱਦਾਂ ਟੈਸਟ ਵੀ ਕਰਵਾ ਸਕੀਏ, ਕਿੱਟਸ ਵੀ ਲਿਮਿਟਡ। ਇਸ ਕਰਕੇ ਬਚਾਓ ਜੀ ਬਚਾਅ, ਆਪਣਾ ਬਚਾਅ ਰੱਖੋ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ